वही अमृतसर लोकसभा उपचुनाव के लिए भी 16 पोलिंग बूथ पर रीपोलिंग हो रही है और यहां से कांग्रेस के उम्मीदवार गुरजीत औजला है तो बीजेपी की ओर से राजेंद्र मोहन सिन्हा है और रीपोलिंग के दौरान दोनों ने ही अपनी अपनी जीत का दावा किया। ਇਹਨਾਂ ਨੇ ਰਾਜ ਭਾਗ ਭੋਗਿਆ 10 ਸਾਲ ਲੋਕਾਂ ਨੂੰ ਲੁੱਟਿਆ ਵੀ ਆ ਤੇ ਕੁੱਟਿਆ ਵੀ ਆ ਉਹ ਜਦੋਂ ਕੁਰਸੀ ਥੱਲੇ ਉਹ ਖਿਸਕਦੀ ਦਿਖ ਰਹੀ ਆ ਤੇ ਬੁਖਲਾਟ ਇਹਨਾਂ ਦੇ ਅੰਦਰ ਆ ਹਰ ਪਿੰਡ 'ਚ ਮੈਂ ਸ਼ਾਮ ਨੂੰ ਰਾਤ ਨੂੰ ਅਬਜ਼ਰਵਰ ਨੂੰ ਮਿਲ ਕੇ 11 ਵਜੇ ਮੈਂ ਸਾਰੀ ਬੇਨਤੀ ਕਰਕੇ ਆ ਵੀ ਹਰ ਪਿੰਡ 'ਚ 100 ਡੇਢ 150 ਬੰਦਾ ਅੱਜ ਵੀ ਚੈੱਕ ਕਰ ਲਓ ਇਹਨਾਂ ਦੇ ਬੂਥ ਚੈੱਕ ਕਰ ਲਓ ਜੇ ਲੋਕਲ ਬੰਦਿਆਂ ਤੋਂ ਇਲਾਵਾ 50% ਬੰਦੇ ਬਾਹਰੋਂ ਲਿਆ ਕੇ ਇਹਨਾਂ ਬੂਥਾਂ 'ਤੇ ਬਿਠਾਏ ਜੇ ਇਹਨਾਂ ਕੋਈ ਇੰਨੀ ਲੋਕਾਂ ਦਾ ਲੋਕ ਪਿਆਰ ਆ ਤੇ ਫਿਰ ਲੋਕੀ ਲੋਕਲ ਕਿਉਂ ਨਹੀਂ ਇਹਨਾਂ ਦੇ ਬੂਥਾਂ 'ਤੇ ਬੈਠੇ ਦੇਖੋ ਇਹ ਜਿਹੜੀ ਬਾਈ ਪੋਲਿੰਗ ਹੋ ਰਹੀ ਹੈ ਅੰਮ੍ਰਿਤਸਰ ਲੋਕ ਸਭਾ ਦੀ ਇਹਦੇ ਵਿੱਚ ਬਹੁਤ ਵੱਡਾ ਹੁੰਗਾਰਾ ਅੰਮ੍ਰਿਤਸਰ ਦੇ ਵੋਟਰਾਂ ਨੇ ਦਿੱਤਾ ਹੈ ਇਸ ਕਰਕੇ ਬਹੁਤ ਵੱਡੀ ਗਿਣਤੀ ਨਾਲ ਮੇਰੀ ਜਿੱਤ ਯਕੀਨੀ ਹੈ ਔਰ ਮੈਂ ਅੰਮ੍ਰਿਤਸਰ ਦੇ ਵੋਟਰਾਂ ਦਾ ਵੀ ਬਹੁਤ ਧੰਨਵਾਦੀ ਹਾਂ ਔਰ ਉਹਨਾਂ ਨੂੰ ਯਕੀਨ ਦਵਾਉਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਅਰਬਨ ਡਿਵੈਲਪਮੈਂਟ ਦੀਆਂ ਔਰ ਰੂਰਲ ਡਿਵੈਲਪਮੈਂਟ ਦੀਆਂ ਸਾਰੀਆਂ ਮੈਂ ਇੱਥੇ ਲੈ ਕੇ ਆਵਾਂਗਾ।